मोरिंडा में पंजाब राज पेंशनर्स महासंघ की ओर से विशेष बैठक का आयोजन किया गया, जिसमें प्रधान रमेश्वर दास ने सरकार से पड़ोसी राज्यों की तरह पंजाब राज्य में भी वरिष्ठ नागरिकों को बस के किराए में 50% की छूट देने की मांग की। वहीं उन्होंने डीए की किश्तों का पिछले 9 महीने का बकाया भी तुरंत अदा किए जाने की मांग की। इस मौके पर यूनियन के अन्य सदस्यगण भी मौजूद थे। ਜਿਵੇਂ ਮੈਂ ਰਾਮ ਸਰੋਪ ਸ਼ਰਮਾ ਜਨਰਲ ਸੈਕਟਰੀ ਪੈਨਸ਼ਨ ਮਹਾਂਸੰਘ ਇਕਾਈ ਮੋਰਿੰਡਾ, ਆਪ ਜੀ ਨੂੰ ਹਰ ਮਹੀਨੇ ਬੇਨਤੀ ਕਰਦੇ ਹਾਂ ਮੀਟਿੰਗ ਦੇ ਵਿੱਚ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਵੱਧ ਚੜ੍ਹ ਕੇ ਇਸ ਮੀਟਿੰਗ ਵਿੱਚ ਭਾਗ ਲੈਂਦੇ ਹੋ, ਇਸੇ ਤਰ੍ਹਾਂ ਆਉਣ ਵਾਲੀ ਮੀਟਿੰਗ ਜਿਹੜੀ ਕਿ 17 ਦਸੰਬਰ ਨੂੰ ਆਪਾਂ ਪੈਨਸ਼ਨ ਡੇ ਮਨਾ ਰਹੇ ਹਾਂ, ਅਸੀਂ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਰਿਆਂ ਦੀ ਸਹੂਲਤ ਹੋਵੇ ਅਤੇ ਨਾਲ ਆਪਣੇ ਹੋਰ ਸਾਥੀਆਂ ਨੂੰ ਵੀ ਨਾਲ ਲੈ ਕੇ ਆਓ ਤਾਂ ਕਿ ਉਸ ਪੈਨਸ਼ਨ ਡੇ ਨੂੰ ਆਪਾਂ ਬਹੁਤ ਸਹੀ ਸੁਚੱਜੇ ਢੰਗ ਨਾਲ ਮਨਾ ਸਕੀਏ। ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਇਹਨਾਂ ਬਜ਼ੁਰਗ ਪੈਨਸ਼ਨਰਾਂ ਨੂੰ ਹਰ ਇੱਕ ਕਿਸਮ ਦਾ ਬਕਾਇਆ ਦੇ ਕੇ ਮੌਕੇ ਸਿਰ ਇਹਨਾਂ ਦਾ ਹੌਸਲਾ ਜਿਹੜਾ ਹੈਗਾ ਵਧਾਇਆ ਜਾਵੇ।